subscribe our channel for latest updates. दस्तार सिखां दे सिर दा ताज है जिसनू की सारी दुनिया पसंद करती है। दस्तार नाल ही एक सिख सिख अखवांदा है। गुरुआं वालों बख्शी दस्तार नू महत्ता देण वाला मनजोत सिंह सिर्फ 14 सालां दी उम्र दा है अते ओह सुन अते बोल भी नहीं सकता, पर फिर भी ओह 12 किस्म दियां दस्तारां बनण विच माहिर है। सत्तवीं क्लास का यह विद्यार्थी जिस वालों अपने घर विच ही लोगों नू मुफ्त विच दस्तार बनण दी सिक्ख्या दिती जांदी है। वख-वख दस्तार कैंपां दौरान मनजोत सिंह इनाम हासिल कर चुका है। पंजाब विच ही नहीं बल्कि विदेशों विच भी इसकी गूंज वेखण नू मिल रही है। मनजोत सिंह अपनी सोहनी पग कारण कई पंजाबी गाणियां विच भी काम कर चुका है। इस दे नाल ही मनजोत सिंह नू कई इनामों नाल भी नवाजिया गया अते गुरुद्वारा श्री दुख निवारण साहिब के हैड ग्रंथी परनाम सिंह वालों इस दी दस्तार नू लैके विशेष तौर पर मनजोत सिंह नू सन्मानित किया गया। जानकारी दिंदिया हैड ग्रंथी परनाम सिंह ने दस्या कि सानू हर एक सिख नू इस बच्चे वाल वेख के प्रेरित होना चाहिए। जो नौजवान पीढ़ी केस दाढ़ी कटवा के पतित पुणे वाल वध रही है उत्थे ही सुनन अते बोलन तो असमर्थ इस छोटे बच्चे वालों वड्डा कार्ज किया जा रहा है जो कि एक शलाघायोग कदम है। इस दे नाल ही गुरुद्वारा श्री दुख निवारण साहिब विच मौजूद बाकी लड़कियां ने भी मनजोत सिंह दी दस्तार नू वेख के उसकी शलाघा की। ਭਾਜੀ ਇਹ ਬੋਇਸ ਬਹੁਤ ਵਧੀਆ ਪੱਗ ਬੰਨਦਾ ਵਾ, ਇਹਨੂੰ ਦੇਖਿਆ ਵਾ ਦੋ ਚਾਰ ਵਾਰੀ ਵੀ ਹਰੇਕ ਤਰ੍ਹਾਂ ਦੀ ਪੱਗ ਬੰਨ ਲੈਂਦਾ, ਮੋਰਨੀ ਪਟਿਆਲਾ ਸ਼ਾਹੀ ਡਬਲ ਲੜੀ ਟ੍ਰਿਪਲ ਲੜੀ ਸਭ ਪੱਗਾਂ ਬੰਨ ਲੈਂਦਾ ਵਾ। ਹਰੇਕ ਕੰਪਟੀਸ਼ਨ 'ਤੇ ਜਾਂਦਾ ਵਾ, ਫਸਟ ਆਉਂਦਾ ਆਪਣਾ ਨਾਮ ਲੈ ਕੇ ਆਉਂਦਾ ਵਾ। ਵਿਚਾਰਾ ਕਿ ਬੋਲ ਨਹੀਂ ਸਕਦਾ, ਇੱਕ ਸੁਣ ਕੇ ਕਰ ਸਕਦਾ ਵਾ, ਮਤਲਬ ਹਰੇਕ ਨਾਮ ਫਸਟ ਲੈ ਕੇ ਆਉਂਦਾ ਵਾ ਜਿੱਥੇ ਵੀ ਕੰਪਟੀਸ਼ਨ। ਕੀ ਸਮਝਦੇ ਹੋ ਬੱਚੇ? ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਬੱਚੇ ਨੂੰ ਦੇਖ ਕੇ। ਕੀ ਸਮਝਦੇ ਹੋ ਜਿਸ ਤਰ੍ਹਾਂ ਇਹ ਬੱਚਾ ਕੰਮ ਕਰ ਰਿਹਾ, ਤੁਹਾਨੂੰ ਕੀ ਲੱਗਦਾ ਜੀ? ਬਹੁਤ ਵਧੀਆ ਲੱਗਦਾ ਕਿ ਇਹ ਬੱਚਾ ਵਿਚਾਰਾ ਬੋਲ ਨਹੀਂ ਸਕਦਾ, ਇੱਕ ਸੁਣ ਨਹੀਂ ਸਕਦਾ, ਵੀ ਇੱਕ ਸੋਹਣੀ ਦਸਤਾਰ ਸਜਾਉਂਦਾ ਆਪਣੇ ਸਿਰ 'ਤੇ ਫੇਸ 'ਤੇ, ਵੀ ਇਹਨੂੰ ਸ਼ੌਂਕ ਹੈ ਇੱਕ ਦਸਤਾਰ ਸਜਾਉਣ ਦਾ। ਬਹੁਤ ਵਧੀਆ ਲੱਗਦਾ ਕਿ ਇਹਦੀ ਦਸਤਾਰ ਦੇਖ ਕੇ ਵੀ ਵਧੀਆ ਪੱਗ ਬੰਨਦਾ। ਅਤੇ ਮੈਨੂੰ ਇਹ ਬਾਈ ਮਿਲਿਆ ਜਿਹੜਾ ਕਿ ਨਾ ਕਿ ਬੋਲ ਸਕਦਾ ਅਤੇ ਨਾ ਕਿ ਸੁਣ ਸਕਦਾ, ਅਤੇ ਸਾਡੇ ਸਰਦਾਰਾਂ ਦੀ ਬੜੀ ਮਾਣ ਵਾਲੀ ਗੱਲ ਆ ਜੀ ਇਹ ਬਾਈ ਇੰਨੀ ਸੋਹਣੀ ਦਸਤਾਰ ਸਜਾਉਂਦਾ। ਅਤੇ ਆਪਾਂ ਨੂੰ ਨਸ਼ੇ ਵੱਲ ਤੋਂ ਧਿਆਨ, ਜਿਹੜਾ ਯੂਥ ਅੱਜ ਕੱਲ੍ਹ ਡਾਈਵਰਟ ਹੋ ਚੁੱਕਿਆ ਜੀ ਸਾਡਾ, ਸਾਨੂੰ ਨਸ਼ੇ ਵੱਲ ਨੂੰ ਧਿਆਨ ਹਟਾ ਕੇ ਇਹ ਬਾਈ ਵੱਲ ਦੇਖਣਾ ਚਾਹੀਦਾ, ਵੀ ਇਹ ਬਾਈ ਜਿਹੜਾ ਕਿ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਇੰਨੀ ਵਧੀਆ ਸੋਹਣੀ ਦਸਤਾਰ ਸਜਾ ਸਕਦਾ, ਜਦਕਿ ਆਪਾਂ ਤਾਂ ਫਿਰ ਵੀ ਬੋਲ ਵੀ ਸਕਦੇ ਹਾਂ, ਸੁਣ ਵੀ ਸਕਦੇ ਹਾਂ, ਅਤੇ ਵਧੀਆ ਦਸਤਾਰ ਸਜਾ ਕੇ ਅਤੇ ਗੁਰੂ ਦੇ ਲੜ ਲੱਗ ਸਕਦੇ ਹਾਂ। ਅਤੇ ਸਾਡੀ ਮੇਰੀ ਇਹ ਯੂਥ ਤੋਂ ਇਹੀ ਅਪੀਲ ਹੈ, ਅਤੇ ਇਹਦੇ ਵਿੱਚ ਬਾਈ ਵਿੱਚ ਇੰਨੀ ਵਧੀਆ ਕਲਾ ਹੈ, ਹਰ ਟਾਈਪ ਦੀ ਪੱਗ ਬੰਨ ਸਕਦਾ, ਅਤੇ ਮੇਰੀ ਯੂਥ ਤੋਂ ਇਹੀ ਅਪੀਲ ਹੈ ਜੀ ਕਿ ਸਿੱਖੀ ਦੇ ਲੜ ਲੱਗਣ ਅਤੇ ਵੱਧ ਤੋਂ ਵੱਧ ਅੰਮ੍ਰਿਤ ਛਕਣ। ਇਹ ਬੱਚਾ ਜਿਹੜਾ ਇਹਦੀ ਬੜੀ ਰੁਚੀ ਹੈ, ਇਹਦੀ ਹੌਬੀ ਹੈ ਇਹ ਜੀਵਨ ਦੀ, ਕਿ ਬੱਚਾ ਜਿਹੜਾ 10 ਤੋਂ ਵੱਧ ਤਰੀਕਿਆਂ ਦੀਆਂ ਜਿਹੜੀਆਂ ਦਸਤਾਰਾਂ ਨੇ ਆਪਣੇ ਸੀਸ 'ਤੇ ਸਜਾ ਲੈਂਦਾ ਵੱਖ ਵੱਖ ਤਰੀਕਿਆਂ ਦੇ ਨਾਲ, ਔਰ ਅਤੇ ਦੂਸਰਿਆਂ ਦੇ ਸੀਸ 'ਤੇ ਵੀ ਇੱਦਾਂ ਦੀ ਸੋਹਣੀ ਸੁੰਦਰ ਦਸਤਾਰ ਇਹ ਬੱਚਾ ਸਜਾ ਦਿੰਦਾ। ਬਹੁਤ ਛੋਟੀ ਉਮਰ ਦਾ ਇਹ ਬੱਚਾ ਹੈ, ਅਤੇ ਮੈਂ ਸਮੁੱਚੇ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਕਰਦਾ, ਇਹ ਬੱਚਾ ਦੇਖੋ ਜਿਹੜਾ ਬੋਲ ਵੀ ਨਹੀਂ ਸਕਦਾ ਅਤੇ ਸੁਣ ਵੀ ਨਹੀਂ ਸਕਦਾ, ਸਤਿਗੁਰ ਦੀ ਕਿੰਨੀ ਇਹਦੇ ਉੱਤੇ ਰਹਿਮਤ ਹੈ ਕਿ ਸਾਬਤ ਸੂਰਤ ਹੈ ਔਰ ਸੋਹਣੀ ਦਸਤਾਰ ਸੀਸ 'ਤੇ ਸਜਾਉਂਦਾ ਹੈ। ਇਹਦੇ ਜੀਵਨ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ ਕਿ ਇੱਕ ਗੂੰਗਾ ਅਤੇ ਇੱਕ ਬੋਲਾ ਬੱਚਾ ਜਿਹੜਾ ਸੁਣ ਨਹੀਂ ਸਕਦਾ, ਬੋਲ ਨਹੀਂ ਸਕਦਾ, ਔਰ ਕਿੰਨੀ ਸੋਹਣੀ ਸੁੰਦਰ ਜਿਹੜੀ ਦਸਤਾਰ ਹੈ ਉਹਦੇ ਸੀਸ 'ਤੇ ਸਜਾਈ ਹੋਈ ਹੈ। ਮੈਂ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਕਰਾਂਗਾ, ਕਿਉਂਕਿ ਬੱਚਾ ਸਾਡੇ ਸਿੱਖ ਧਰਮ ਲਈ ਸਾਡਾ ਇੱਕ ਪ੍ਰਚਾਰਕ ਹੈ, ਜੋ ਦਸਤਾਰ ਦਾ ਪ੍ਰਚਾਰ ਕਰ ਰਿਹਾ। ਵੱਖ ਵੱਖ ਦਸਤਾਰ ਕੈਂਪਾਂ ਜਿੱਥੇ ਮੁਕਾਬਲੇ ਕਰਵਾਏ ਜਾਂਦੇ ਨੇ ਉੱਥੇ ਵੀ ਬੱਚਾ ਭਾਗ ਲੈਂਦਾ ਹੈ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵੀ ਜਦੋਂ ਸਮੇਂ ਸਿਰ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਨੇ ਬੱਚਾ ਸਾਡੇ ਕੋਲ ਪਹੁੰਚਦਾ, ਬੱਚਿਆਂ ਨੂੰ ਦਸਤਾਰਾਂ ਸਜਾਉਂਦਾ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਇਸ ਬੱਚੇ ਕੋਲੋਂ ਅਸੀਂ ਆਪਣੇ ਜੀਵਨ ਅੰਦਰ ਪ੍ਰੇਰਣਾ ਲਈਏ। ਮੇਰੇ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਪਤਿਤ ਪੁਣੇ ਵੱਲੋਂ ਹਟ ਕੇ ਸੋਹਣੀ ਸੁੰਦਰ ਦਸਤਾਰ ਇਸ ਬੱਚੇ ਵਾਂਗੂ ਆਪਣੇ ਸੀਸ 'ਤੇ ਸਜਾ ਕੇ ਸਦਾ ਲਈ ਬਾਦਸ਼ਾਹ ਜੀਵਨ ਨੂੰ ਮਾਣੀਏ। ਸੋ ਮੈਂ ਬੱਚੇ ਨੂੰ ਵਧਾਈ ਵੀ ਦਿੰਦਾ ਅਤੇ ਸਮੁੱਚੇ ਸਾਡੇ ਨੌਜਵਾਨਾਂ ਨੂੰ ਵੀਰਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਆਓ ਸੋਹਣੇ ਦਸਤਾਰ ਸੀਸ 'ਤੇ ਸਜਾਓ, ਸਤਿਗੁਰੂ ਦੀ ਅਸੀਸ ਲਵੋ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।